ਈਸ਼ਰ ਸਾਹਿਬਾਨ ਦੇ ਪਾਸੋਂ ਗੁਰੂ ਜੀ ਸਰਵਣ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਨੂੰ ਸੰਬੰਧਿਤ ਸਮਰਪਿਤ ਇਹ ਸਮਾਗਮ ਹੈ। ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਤੇ ਤਵਾਰੀਖ ਦੇ ਵਿੱਚੋਂ ਤੇ ਅੱਜ ਜਿਹੜੇ ਵਾਪਰ ਰਹੇ ਵਰਤਾਰੇ ਨੇ ਜਿਨ੍ਹਾਂ ਦੇ ਬਾਰੇ ਇੱਕ ਸਾਨੂੰ ਬੜੀ ਸਾਰਥਕ ਸਮਝ ਬਣਾਉਣ ਦੀ ਲੋੜ ਹੈ। ਇਹ ਗੱਲਾਂ ਕੇਵਲ ਸਟੇਜਾਂ ਤੋਂ ਕਹਿਣ ਤੱਕ ਸੀਮਤ ਨਹੀਂ ਹੁੰਦੀਆਂ, ਇਹਨਾਂ ਦੇ ਪ੍ਰਤੀ ਗੰਭੀਰਤਾ ਦੇ ਨਾਲ ਸੰਜੀਦਗੀ ਦੇ ਨਾਲ ਇੱਕ ਸਮਝ ਬਣਾਉਣੀ ਪੈਂਦੀ ਹੈ। ਮੈਨੂੰ ਯਾਦ ਹੈ ਛੋਟਾ ਵੀਰ ਦੀਪ ਸਿੱਧੂ, ਸੰਦੀਪ ਸਿੰਘ ਸਿੱਧੂ ਸੰਸਾਰ ਤੋਂ ਚਲਾ ਗਿਆ ਤੇ ਪਿਛਲੇ ਸਾਲ ਉਸਨੇ ਇੱਕ ਲੈਕਚਰ ਕਰਨਾ ਸੀ ਤੇ ਉਹਦੇ ਵਿੱਚ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਦਾ ਜ਼ਿਕਰ ਆਉਣਾ ਸੀ ਤੇ ਅਕਸਰ ਉਹ ਮੈਨੂੰ ਫੋਨ ਕਰ ਲੈਂਦਾ ਸੀ ਕਿਉਂਕਿ ਮੇਰੇ ਨਾਲ ਜਾਂ ਮੈਨੂੰ ਉਹਦੇ ਨਾਲ ਵਿਚਰਨ ਦਾ ਬਹੁਤ ਲੰਬਾ ਮੌਕਾ ਮਿਲਿਆ ਤੇ ਉਹਦਾ ਇੱਕ ਸਵਾਲ ਸੀ ਮੈਨੂੰ, ਉਸੇ ਸਵਾਲ ਤੋਂ ਗੱਲ ਸ਼ੁਰੂ ਕਰਦੇ। ਉਹ ਕਹਿੰਦਾ ਸੀ ਕਿ ਕੀ ਗੱਲ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਾਰੇ, ਉਹਨਾਂ ਦੀ ਸੰਸਾਰ ਦੇ ਵਿੱਚ ਆਮਦ ਦੇ ਬਾਰੇ ਅਸੀਂ ਪ੍ਰਗਟ ਸ਼ਬਦ ਹੀ ਵਰਤਦੇ। ਭਾਈ ਸਾਹਿਬ ਭਾਈ ਗੁਰਦਾਸ, ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਇਸ ਸੰਸਾਰ ਮੰਚ ਦੇ ਵਿੱਚ ਆਗਮਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਪਤਾ ਸੀ, ਪੜ੍ਹਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਪ੍ਰਗਟ ਔਰ ਪ੍ਰਗਟ ਸ਼ਬਦ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਤੱਕ ਸੀਮਤ ਵੀ ਨਹੀਂ, ਜਾਂ ਫਿਰ ਜਨਮ ਸ਼ਬਦ ਕਿਉਂ ਨਾ ਵਰਤਿਆ ਗਿਆ, ਕਿਉਂਕਿ ਜਦੋਂ ਜਨਮ ਸ਼ਬਦ ਆਵੇਗਾ ਸ਼ਬਦ ਦੇ ਵਿੱਚ ਉਹਦੀ ਵਰਤੋਂ ਤੋਂ ਪਹਿਲਾਂ ਉਹਦਾ ਵਿਰੋਧੀ ਸ਼ਬਦ ਵੇਖਣਾ ਪੈਂਦਾ ਹੈ ਕਿਹੜਾ ਹੈ। ਜਨਮ ਦਾ ਵਿਰੋਧੀ ਸ਼ਬਦ ਮੌਤ ਹੈ ਤੇ ਪ੍ਰਗਟ ਦਾ ਵਿਰੋਧੀ ਸ਼ਬਦ ਗੁਪਤ ਹੈ। ਇਹਦਾ ਭਾਵ ਇਹ ਹੋਇਆ ਕਿ ਜਿਹੜੀ ਗੱਲ ਭੱਟ ਸਾਹਿਬਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਹੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਕਿ ਨਿਰੰਕਾਰ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਆਪਣੇ ਸਾਕਾਰ ਰੂਪ ਨੂੰ ਜਗਤ ਦੇ ਵਿੱਚ ਪ੍ਰਗਟ ਕੀਤਾ। ਇੱਥੇ ਸਰੀਰ ਦੀ ਗੱਲ ਮੁੱਕ ਜਾਂਦੀ ਹੈ, ਇੱਥੇ ਜੋਤ ਦੀ ਗੱਲ ਰਹਿ ਜਾਂਦੀ ਹੈ। ਇਸੇ ਕਰਕੇ ਪਾਵਨ ਗੁਰਬਾਣੀ 'ਚ ਸ਼ਬਦ ਆਉਂਦਾ ਹੈ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਜੀ। ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਸਿੱਖ ਸਿਧਾਂਤਾਂ ਦੇ ਬਾਰੇ ਜਿੰਨਾ ਚਿਰ ਸਾਡੀ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਸਮਝ ਨਹੀਂ ਬਣਦੀ ਉਹਨਾਂ ਚਿਰ ਤੱਕ ਸਿਰਫ ਗੱਲਾਂ ਹੀ ਰਹਿ ਜਾਂਦੀਆਂ। ਮੈਂ ਕਰਕੇ ਚਲੇ ਜਾਣਾ, ਤੁਸੀਂ ਸੁਣ ਕੇ ਚਲੇ ਜਾਣਾ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਧਾਰਮਿਕ ਜਗਤ ਦੇ ਵਿੱਚ ਇੱਕ ਵੱਖਰੀ ਅਤੇ ਵਿਲੱਖਣ ਰੀਤ ਜਿਹੜੀ ਉਹ ਪੈਦਾ ਕਰ ਦਿੱਤੀ ਹੈ। ਮੈਂ ਤਕਰੀਬਨ ਜਿੱਥੇ ਸਿੱਖ ਵਸਦੇ ਨੇ ਦੁਨੀਆਂ ਦੇ ਸਾਰੇ ਦੇਸ਼ਾਂ 'ਚ ਗਿਆ, ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਦੁਨੀਆਂ ਦੇ ਸਾਰੇ ਧਰਮਾਂ ਦੇ ਇਤਿਹਾਸ ਨੂੰ ਪੜ੍ਹਨ ਦਾ ਮੌਕਾ ਮਿਲਿਆ। ਦੁਨੀਆਂ ਦੇ ਕਿਸੇ ਧਰਮ ਦੇ ਵਿੱਚ ਇੱਕ ਵੀ ਉਦਾਹਰਨ ਐਸੀ ਨਹੀਂ ਮਿਲਦੀ ਕਿ ਕਿਸੇ ਰਹਿਬਰ ਨੇ ਆਪਣੇ ਜਿਉਂਦੇ ਜੀ ਆਪਣੀ ਜਗ੍ਹਾ ਕਿਸੇ ਹੋਰ ਨੂੰ ਦੇ ਦਿੱਤੀ ਹੋਵੇ। ਇਹ ਕੇਵਲ ਤੁਹਾਡੇ ਗੁਰੂ ਨਾਨਕ ਦੇ ਘਰ ਦੇ ਵਿੱਚ ਵਾਪਰਿਆ, ਥਾਪਿਆ ਲਹਿੜਾ ਜੀਵ ਦੇ ਗੁਰੇ ਆਈ ਸਿਰ ਛਤਰ ਫਰਾਇਆ। ਆਪਣੇ ਜਿਉਂਦੇ ਜੀ ਆਪਣੀ ਆਤਮਿਕ ਜੋਤ ਨੂੰ ਲਹਿਣਾ ਜੀ ਦੇ ਵਿੱਚ ਵਿਸਥਾਪਿਤ ਕਰ ਦੇਣਾ ਤੇ ਸਿੱਖ ਨੂੰ ਗੁਰੂ ਬਣਾ ਦੇਣਾ, ਦੁਨੀਆਂ ਦੇ ਕਿਸੇ ਧਰਮ ਦੇ ਵਿੱਚ ਇੰਜ ਨਹੀਂ ਹੋਇਆ। ਜੇ ਹੋਰ ਇਸ ਨੂੰ ਸਮਝਣਾ ਹੈ, ਪੰਚਮ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਛੇਵੇਂ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਕੀ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਅਰਜਨ ਕਾਇਆ ਪਲਟ ਕੇ। ਸਰੀਰ ਬਦਲਿਆ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਜੋਤ ਉਹੀ ਹੈ, ਸਰੀਰ ਬਦਲ ਰਿਹਾ। ਇਹਦੇ 'ਚੋਂ ਸਾਡੀ ਸਮਝ ਬਣੇਗੀ ਹੁਣ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਸਾਖੀ ਦੇ ਦਿਨ ਖਾਲਸੇ ਨੂੰ ਖੰਡੇ ਬਾਟੇ ਦੀ ਪਾਹੁਲ ਦਿੰਦੇ ਨੇ ਤੇ ਕੀ ਕਹਿੰਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸਾ ਵੀ ਪ੍ਰਗਟ ਹੋਇਆ ਤੇ ਪ੍ਰਗਟ ਹੋਏ ਖਾਲਸੇ ਨੂੰ ਲੜਕੀ ਦੇ ਲਾ ਦਿੱਤਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ
गुरां की दे जोत भी प्रगट है इहदे सामने खालसा जुगत दे रूप च प्रगट है इसे करके जोत और जुगत जदों प्रगट हुंदियां ने ते तुसीं वेखोगे कि गुरु ग्रंथ दा ते खालसा पंथ दा कदी ज्योति जोत दिवस नहीं मनाया जा सकता क्योंकि प्रगट है खालसा अकाल पुरख की फौज प्रगट्यो खालसा परमात्मा की मौज। सो पहला तो सानूं इस गल नूं समझना पवेगा कि जदों असीं एक गल कहिंदे आ ते उहदे च किते ना किते बेअदबी दे मसले च अपने आप नूं जिम्मेवार जरूर ठहराउणा पवेगा। उहदा कारण है असीं गुरु की गल नूं तां लांभे रख लईए। घर दे विच कोई बजुर्ग साडा बैठा होवे ते साठे हुंदिआं उहदी कोई पग नूं हत्थ पा के चला जाए इहदा मतलब कि अवेसलापन साडे च है। असीं अजे तक गुरु साहब नूं जागत जोत समझिआ ही नहीं असी गुरु साहब का अदब करना सीखे ही नहीं तो फिर असी कहने सिख गुरु साहब तो कहें कि उतों जो तुम चल के आ रहे हो ना तो एक गल का ख्याल रखो कि जब हमरे दर्शन को आवो बंस चेत तन शस्त्र सजावो शस्त्रहीन कबहू ना होई रहतवंत खालसा सोई बिना शस्त्र केसन नरण भेट जानो गह कामता को किते लै सदा। जदों तुसीं अपनी मर्यादा ते गुरु पातशाह की बख्शी हुई रहत दे उपर पूरे होवोगे कोई गुरु ग्रंथ साहिब महाराज की बेदी नहीं कर सके। पर गल फिर उत्थे आउंदी है प्रथमे मन पर बुद्धे अपना पहली गल अपने आप ते लिया के सोचनी पवेगी। ये सब तो अहम गल है ये सानूं उदन समझ आउणी है जिदन सानूं ये पता लग गया कि साहिब श्री गुरु ग्रंथ साहिब महाराज जागत जोत ने जोत प्रगट हुई शब्द के रूप में। पहली गल तो समझनी यह जरूरी है। दूसरी गल राज की जिहड़ी आरंभता है ये गुरु नानक साहब ने कर दी कि सिख राज करेगा। साढ़े मन के एक सिरज दिता जाता जिसनों असं वरतांत कहने साढ़े मन के एक गल भर दी जाती है साढ़े सारे के मन च वो पता की है सिख राज लै सकते ने राज कर नहीं सकते ये साढ़े सारे के मन च भर दिता गया जदों के बिल्कुल गलत है। जे दुनिया के इतिहास के सब तो वधिया राज किसी ने किया तो सिखा ने किया वो चाहे तुसी बाबा बंदा सिंह बहादुर का राज वेख लो तो चाहे तुसी शेरे पंजाब महाराजा रणजीत सिंह का राज वेख लो दुनिया के इन्हां राजां दीआं मिसालां दित्तियां जांदियां ने पर साढ़े मन के की पा दिता गया ये राज नहीं कर सकते। सवाल तो यह करो कि जेडे सानू कहिंदे ने राज नहीं कर सकते उन्होंने भी राज दे उपर बिठाउण वाले असीं सवाल तो यह करना चाहिए सी कि राज लै भी सकते हैं राज कर भी सकते हैं पर तुहाडे ते साडे राज दे विच कि अंतर है। साडी जिहड़ी राज दी गल गुरु नानक साहब ने चलाई है वह गुरु पातशाह दे बारे साडे पावन जिहड़े रूहानियत भरे शब्द ने उन्हें नानक राज चलाया सच कोट सताणी नीव दे जिहड़ा राज गुरु नानक साहब ने सिख नूं बख्शिश कीता है उस सच दे किले दे विच उहदे च झूठ नहीं हैगा उहदी जिहड़ी नीह है वह इन्नी पक्याई दे नाल सच दे उपर रखी है ना कि उस वर्गा राज कोई हो ही नहीं सकता। यही कारण है जिन्हां ने गुरु नानक साहब की अजमत नूं पछाणिया। वैसे पिछले 15वें दिन दी खबरां तां वीर जी होनी सारियां सुनाई गए ने तुहानूं मंच दे उपरों एक खबर अहम उहदे इतिहास नूं जानना बहुत जरूरी है। लंबे समय तो बाद दरबार साहब अजायब घर दे विच राय बलार पट्टी की तस्वीर जिहड़ी है वह लगाई उस गल नूं समझना इस करके बड़ा जरूरी है। विस्थापित धर्म दे विच कोई किसी को धर्म का रैपर पछाण लवे ये गल तो आम होंदी है पर राय बलार का वह परिवार है जिसने गुरु नानक सच्चे पातशाह नूं बाल अवस्था के विच ही गुरु तस्लीम किया। ये परिवार जिहड़ा तुसीं सोचो जरा ये परिवार जिहड़ा किस तरह का होगा उहदे वास्ते तुहानूं अपनी सुरत नूं 1295 तो लैके 1315 के विच लैके जाना पैना 13वीं सदी के विच जिस वेले अलाउद्दीन खिलजी ने हिंदुस्तान ते हमला किया राजपूताने दे उपर हमला किया
राजपूताने दे बहुत सारे राजपूतां ने उहदे नाल अपने रिश्ते जोड़ के किसी ने लड़िया ते किसी ने हार मान ली ते किसी ने उहदी संधि कर ली। एक बहादुर नौजवान लंबा समा उस दे नाल लड़दा रहा, बड़ी थोड़ी फौज दे नाल उसने अलाउद्दीन दी फौज दा बहादुरी नाल मुकाबला किया। उहदा नाम सी राणा राव पट्टी। राणा राव पट्टी जदों बिल्कुल हार दी कगार दे उपर सी तां उस वेले इसनूं फड़ लिया गया, अलाउद्दीन खिलजी दे सामने पेश किया। तो अलाउद्दीन खिलजी नूं कहिंदा, कहिंदा उम्र थोड़ी है, फौजी ताकत भी मेरे मुकाबले नहीं, पर लड़िया बड़ी बहादुरी दे नाल आ। वैसे मैं अपना दुश्मन कदी कोई जिंदा नहीं छड्डिया, पर मैं तैनूं मारना नहीं चाहुंदा। जेकर तू मेरे धर्म दे विच आ जावे ते मैं तैनूं हजारां एकड़ जमीन बख्शिश करदा। ये पट्टी परिवार के विचों जैसलमेर के खानदान के विचों ये पहला पट्टी राजपूत सी उस परिवार के विचों जिहड़ा इस्लाम धर्म के विच आ गया, राणा राव पट्टी। इस नूं पंजाब के इलाके विच बहुत वड्डी जमीन दित्ती गई। इसे करके इन्हां दी वंड दे विच, पट्टियां दी वंड दे विच उस समय जिन्ने भी इलाके आए वह पट्टियां दी वंड दे विच आए। पट्टी वंड दे विच आया बठिंडा, पट्टी वंड तो शब्द बनिया बठिंडा। जामा का भाव हुंदा इकट्ठ, राय इन्हां दे नाम दे पिछे लगदा सी। जदों पंजाब दे विच इन्हां नूं जमीन मिली तां इन्हां दा पिंड बजा जामा राय। उस तों बाद फिर एक वंड होई जिहदे विचों पट्टी वंड, उहदे विच वी पट्ठे विंड पिंड जिहड़ा सी उह हुण दे विच आउंदा। और उसे परिवार की अठवीं पीढ़ी दे विच राय पोए, जिन्हों राय पुरश पिंड दे विच, जिसनों अच ननकाणा साहब कहा जाता है, उत्थी जमीन मिलती है। और वो जिहड़ी जमीन है वह तकरीबन 1500 मरबा, और उस 1500 मरबे दे विचों राय भोए का पुत्र राय बुलार पट्टी गुरु नानक साहब के नाम के उपर 1750 मरबा जमीन लाउंदा है। तुसीं हैरान होवोगे कि तकरीबन अपनी जमीन का अद्ध 35,000 किले के 17,850 एकड़ जमीन गुरु नानक साहब के नाम कर दें। उदों गुरु नानक साहब की उम्र किन्नी है? बहुत छोटी। तो यह भी नहीं है कि इस इलाके के होर भी उदो धार्मिक व्यक्ति नहीं होगा। लाहौर के सैयद मीर अहमद बैठा सी, जिहड़ा उस वेले दिल्ली के बादशाह जिहड़ा लोधी बादशाह सी, जिहदा उहदा मुरशद सी। इन्ना वड्डा रैबर लाहौर दे विच बैठा होवे उहनूं छड के एक मुसलमान जिहड़ा वह अपनी अद्धी जायदाद जिहड़ी है वह गुरु साहब दे नां कर रहा है, इहदा मतलब उहदे उपर भी परमात्मा की एक विशेष बख्शिश सी कि उसने इन्नी छोटी उम्र दे विच गुरु साहब की अजमत नूं पछाण लिया।